ਸਤਿ ਸ਼੍ਰੀ ਅਕਾਲ ਸਾਰਿਆਂ ਕੀ ਹਾਲ ਚਾਲ ਐਂਡ ਵੈਲਕਮ ਬੈਕ ਟੂ ਦ ਚੈਨਲ ਗਾਈਜ਼। ਤੇ ਸ਼ੁਰੂ ਕਰਦੇ ਅੱਜ ਦੀ ਵੀਡੀਓ। ਸੋ ਗਾਈਜ਼, ਅੱਜ ਦੀ ਵੀਡੀਓ 'ਚ ਮੈਂ ਟਰਾਈ ਕਰੂੰਗਾ ਫਾਸਟ ਫੂਡ ਇੰਡੀਅਨ, ਜਿਹੜਾ ਅਮੈਰੀਕਾ 'ਚ ਵੀ ਮਿਲਦਾ ਆ। ਅਤੇ ਜਦੋਂ ਆਪਾਂ ਇੰਡੀਆ ਗਏ ਸੀ ਉੱਥੇ ਕਾਫੀ ਕੁਛ ਖਾਧਾ ਫਾਸਟ ਫੂਡ ਇੰਡੀਆ 'ਚ। ਇੰਡੀਅਨ ਸਟਰੀਟ ਫੂਡਸ ਹੈ ਨਾ, ਬਹੁਤ ਜ਼ਿਆਦਾ ਹੁੰਦੇ, ਵਰਾਇਟੀਜ਼ ਇੰਨੀ ਹੁੰਦੀ ਕਿ ਤੁਸੀਂ ਜੋ ਵੀ ਚਾਹੋ ਖਾ ਸਕਦੇ ਹੋ। ਸੋ ਗਾਈਜ਼, ਆਪਾਂ ਜਿਹੜੀ ਅੱਜ ਡਿਸ਼ ਟਰਾਈ ਕਰਾਂਗੇ ਉਹ ਹੋਊਗੀ ਅੰਮ੍ਰਿਤਸਰੀ ਛੋਲੇ ਕੁਲਚੇ। ਸੋ ਇੱਥੇ ਫੂਡ ਟਰੱਕ ਲੱਗਦੇ ਆ ਅਮੈਰੀਕਾ 'ਚ, ਫੂਡ ਠੇਲੇ, ਫੂਡ ਇੰਡੀਅਨ ਫੂਡ ਟਰੱਕ ਹੈਗੇ ਆ, ਜਿਹਨਾਂ ਨੂੰ ਆਪਾਂ ਠੇਲੇ ਕਹਿੰਦੇ ਹਾਂ। ਸੋ ਮੈਂ ਉੱਥੇ ਜਾਊਂਗਾ, ਉੱਥੋਂ ਅੰਮ੍ਰਿਤਸਰੀ ਕੁਲਚੇ ਲੈ ਕੇ ਆਊਂਗਾ। ਸੋ ਉਹ ਲਿਆ ਕੇ ਫਿਰ ਮੈਂ ਤੁਹਾਨੂੰ ਦੱਸੂੰਗਾ ਕਿੰਨੇ ਦੇ ਮਿਲੇ, ਹੈ ਨਾ, ਅਤੇ ਕਿਵੇਂ ਦਾ ਉਹਦਾ ਟੇਸਟ ਆ, ਕਿਉਂਕਿ ਇੱਥੇ ਆਲਮੋਸਟ ਮਿਲ ਸਾਰਾ ਕੁਛ ਜਾਂਦਾ, ਬਟ ਟੇਸਟ ਥੋੜ੍ਹਾ ਬਹੁਤਾ ਡਿਫਰੈਂਟ ਹੈਗਾ ਆ। ਅਤੇ ਉਹ ਆਪਾਂ ਲੈ ਕੇ ਆਵਾਂਗੇ। ਸੋ ਫਿਰ ਮੈਂ ਉਹਦਾ ਰਿਵਿਊ ਕਰੂੰਗਾ, ਮਤਲਬ ਕਿਵੇਂ ਦੇ ਆ, ਨਾ ਇੰਡੀਆ ਦੀ ਵੀਡੀਓ ਨਾਲ ਵੀ ਆਪਾਂ ਕੰਪੈਰੀਜ਼ਨ ਕਰਾਂਗੇ। ਸੋ ਚੱਲਦੇ ਹਾਂ ਗਾਈਸ, ਅਤੇ ਫਿਰ ਉੱਥੋਂ ਆਪਾਂ ਵਲੌਗ ਕੰਟੀਨਿਊ ਕਰਦੇ ਹਾਂ। ਸੋ ਗਾਈਜ਼, ਪਹੁੰਚ ਗਿਆ ਮੈਂ ਇੱਧਰ ਜਿੱਧਰ ਠੇਲੇ ਲੱਗਦੇ ਆ, ਹੈ ਨਾ। ਅਤੇ ਆਹ ਹੈਗਾ ਆ ਜੌਲ ਚਾਟ ਐਂਡ ਕੜੀ, ਅਤੇ ਵੀ ਇੰਡੀਅਨ ਹੀ ਆ ਸਾਰੇ, ਜਿੰਨੇ ਮਤਲਬ ਇੱਥੇ ਠੇਲੇ ਲੱਗੇ ਆ ਨਾ ਸਭ ਇੰਡੀਅਨ ਹੀ ਆ। ਮੋਮੋ ਗ੍ਰਿਲ ਆ, ਇੱਥੇ ਮੋਮੋਜ਼ ਮਿਲਦੇ ਆ। ਅਤੇ ਸ਼ਾਮ ਨੂੰ ਇੱਥੇ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਆ, ਅਤੇ ਸਭ ਫੂਡ ਟਰੱਕ ਜਿੰਨੇ ਵੀ ਸਭ ਆਪਣੇ ਇੰਡੀਅਨ ਹੀ ਨੇ। ਆਹ ਪਾਓ ਭਾਜੀ ਵਾਲਾ ਆ, ਅਤੇ ਇੱਧਰ ਦੇਖੋ ਪੂਰੀ ਲਾਈਨ ਹੀ ਆ, ਅਤੇ ਇੱਧਰ ਵੀ ਆਪਣਾ ਇੰਡੀਅਨ ਦੇ ਹੀ ਆ, ਆ ਦੋ ਜਿਹੜੇ ਪਿੱਛੇ ਖੜ੍ਹੇ ਆ। ਅਤੇ ਹੁਣ ਆਪਾਂ ਚੱਲਦੇ ਹਾਂ ਇੱਥੇ ਅਤੇ ਔਡਰ ਕਰਦੇ ਹਾਂ। ਸੋ ਗਾਈਸ, ਇੱਧਰ ਲੱਗਾ ਹੋਇਆ ਆ ਠੇਲੇ ਜਿਹਨੂੰ ਫੂਡ ਟਰੱਕ, ਇੱਥੇ ਫੂਡ ਟਰੱਕ ਕਹਿੰਦੇ ਆ, ਅਤੇ ਇਹਦੇ ਵਿੱਚ ਹੀ ਕਿਚਨ ਹੁੰਦੀ, ਸਾਰਾ ਕੁਝ ਵਿੱਚ ਹੀ ਬਣਦਾ ਆ। ਅਤੇ ਇੱਥੇ ਅੰਮ੍ਰਿਤਸਰੀ ਕੁਲਚੇ ਲੱਗੇ ਆ $12.99, ਅਬਾਊਟ $13 ਦੇ ਟੈਕਸ ਪਾ ਕੇ ਵੀ $14-15 ਦੇ ਪੈਣੇ ਆ। ਹੋਰ ਵੀ ਇਹਨਾਂ ਦਾ ਮੈਨਿਊ ਹੈਗਾ, ਤੁਸੀਂ ਵੇਖ ਸਕਦੇ ਹੋ, ਅਤੇ ਹੋਰ ਵੀ ਕਈ ਕੁਛ ਇੱਥੇ ਮਿਲਦਾ ਆ। ਬਾਕੀ ਇਹ ਪੰਜਾਬੀਆਂ ਦਾ ਹੈਗਾ ਆ ਜੌਲ ਚਾਟ ਐਂਡ ਕੜੀ ਆ, ਪਿੱਛੇ ਪੰਜਾਬੀ ਕਲਚਰ ਦੀ ਕਿੰਨੀ ਸੋਹਣੀ ਫੋਟੋ ਬਣੀ ਹੋਈ ਆ। ਅਤੇ ਹੁਣ ਮੈਂ ਇੱਥੇ ਔਡਰ ਕਰਤਾ ਆ ਅਤੇ ਵੇਟ ਕਰਨੇ ਆ। ਜਿੱਧਰ ਮੈਂ ਲਿਆ ਆ ਛੋਲੇ ਕੁਲਚੇ, ਅਤੇ ਘਰ ਜਾ ਕੇ ਹੁਣ ਦੇਖਦੇ ਹਾਂ, ਹੈ ਨਾ, ਘਰ ਜਾ ਕੇ ਟੇਸਟ ਕਰਦੇ ਹਾਂ ਕਿਵੇਂ ਦੇ ਆ। ਸੋ ਗਾਈਜ਼, ਮੈਂ ਹੁਣ ਘਰ ਚੱਲਿਆ ਅਤੇ ਘਰ ਜਾ ਕੇ ਮਿਲਦੇ ਹਾਂ, ਫਿਰ ਉੱਥੋਂ ਵੀ ਆਪਾਂ ਵਲੌਗ ਕੰਟੀਨਿਊ ਕਰਾਂਗੇ। ਹੈਗੇ ਆ ਕੁਲਚੇ, ਅਤੇ ਨਾਲ ਸਾਨੂੰ ਉਹਨਾਂ ਨੇ ਦਿੱਤੇ ਆ ਛੋਲੇ, ਥੋੜ੍ਹਾ ਜਿਹਾ ਨਾਲ ਇਹਨਾਂ ਨੇ ਸੈਲਡ ਦਿੱਤਾ ਹੋਇਆ ਆ। ਸੋ ਗਾਈਸ, ਆਪਾਂ ਇਹਨਾਂ ਨੂੰ ਹੁਣ ਪਲੇਟ 'ਚ ਪਾ ਲਏ ਆ। ਐਕਚੁਲੀ ਇੱਕ ਪੀਸ ਸੀਗਾ ਅਤੇ ਉਹਨਾਂ ਵਿੱਚ ਅੱਧਾ ਅੱਧਾ ਕੀਤਾ ਆ, ਅਤੇ ਅੱਧਾ ਸਾਡੇ ਕੋਲ ਇੱਧਰ ਪਿਆ ਹੋਇਆ ਆ। ਅਤੇ ਆ ਸੈਲਡ ਵੀ ਉਹਨਾਂ ਨੇ ਦਿੱਤਾ ਸੀਗਾ। ਸੋ ਇੱਧਰ ਛੋਲੇ ਨਾਲ ਅੰਮ੍ਰਿਤਸਰੀ ਕੁਲਚੇ ਅਤੇ ਸੈਲਡ, ਅਤੇ ਹੁਣ ਆਪਾਂ ਟਰਾਈ ਕਰਕੇ ਵੇਖਦੇ ਹਾਂ ਕਿਵੇਂ ਦੇ, ਹੈ ਨਾ। ਸੋ ਗਾਈਸ, ਇਹ ਵਾਲੇ ਛੋਲੇ ਕੁਲਚੇ ਜਿਹੜੇ ਆ ਮੈਂ ਇੱਥੋਂ ਲੈ ਕੇ ਆਇਆ ਹੁਣ ਅਮੈਰੀਕਾ, ਜਦੋਂ ਤੁਸੀਂ ਵੇਖਿਆ ਹੋਣਾ, ਹੈ ਨਾ। ਅਤੇ ਚੁੱਪ ਕਰ ਲਿਆ ਛੋਲੇ ਕੁਲਚੇ, ਮੈਂ ਹੁਣ ਇੱਥੋਂ ਲੈ ਕੇ ਆਇਆ ਜਿੱਦਾਂ ਅਮੈਰੀਕਾ, ਤੁਸੀਂ ਵੇਖਿਆ ਹੋਣਾ, ਹੈ ਨਾ, ਇਹ ਅਮੈਰੀਕਾ ਦੇ ਆ। ਸੋ ਹੁਣ ਮੈਂ ਤੁਹਾਨੂੰ ਵਿਖਾਉਣਾ ਜਿਹੜੇ ਮੈਂ ਇੰਡੀਆ ਖਾਧੇ ਸੀਗੇ, ਉਹਦੀ ਮੇਰੇ ਕੋਲ ਕਲਿੱਪ ਹੈਗੀ ਆ। ਸੋ ਉਹ ਵੇਖਿਓ ਕਿਵੇਂ ਦੇ ਲੱਗਦੇ ਸੀਗੇ। ਆਪਾਂ ਇਹੀ ਪੂਰਨਪੁਰ ਕੰਮ ਸੀ ਥੋੜ੍ਹਾ ਜਿਹਾ, ਅਤੇ ਖਾਂਦੇ ਛੋਲੇ ਕੁਲਚੇ।
ਖਾਣੇ ਅਭੀ ਸੋ ਗਾਇਸ ਦੇਖਿਆ ਹੋਣਾ ਤੁਸੀਂ ਹਨਾ ਕਲਿੱਪ ਇੱਥੇ ਵਾਲੇ ਛੋਲੇ ਕੁਲਚੇ ਤੇ ਇੰਡੀਆ ਵਾਲੇ ਛੋਲੇ ਕੁਲਚੇ ਚ ਮਿਲਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਹੁਣ ਟੇਸਟ ਕਰਕੇ ਵੇਖਦੇ ਆ ਇੱਥੇ ਵਾਲੇ ਚ ਤੇ ਉੱਥੇ ਵਾਲੇ ਚ ਕੀ ਫਰਕ ਸੀਗਾ ਸੋ ਗਾਇਸ ਹੁਣ ਆਪਾਂ ਟਰਾਈ ਕਰਕੇ ਵੇਖਦੇ ਆ ਹਨਾ ਕਿਵੇਂ ਦਾ ਟੇਸਟ ਆਉਂਦਾ ਆ ਤੇ ਇਹ ਦੱਸਦੇ ਆ ਮਸਾਂ ਤੇ ਤੂੰ ਵੀ ਖਾ ਕੇ ਦੇਖੋ ਜਮਾ ਮਾਂ ਸਾਲਾ ਤੇ ਨਹੀਂ ਸਾਲਾ ਹੀ ਬੜਾ ਪਾਇਆ टेस्ट किया बट सच्ची दसा अगर रियल रिव्यू देव तो इंडिया वाले तो ये जमीन आसमान का फर्क आ क्योंकि इंडिया वाला बहुत ज़्यादा टेस्टी सी पता नहीं क्यों ये थोड़ा जहा मतलब आर्टिफिशियल जहा लगे इन्ना मतलब मैनू मतलब मैं अपनी सो जो भी मैनू लगे मैं वह दसन है ना सो अगर 10 चो अगर कोई रेटिंग देनी हो तो मैं इनू अबाउट 6/10 दूंगा सो वैसे तो चक्कर की है कि इतने कोई भी टेस्ट मतलब भावें गोलगप्पा हो भावें समोसे हो भावें टिक्की कुछ भी हो ना इंडिया वर्ग का टेस्ट नहीं है तो शायद थोड़ा फ्रैशनैस का फर्क आ क्योंकि इंडिया थोड़ा फ्रैश मिलता है तुम उदों ही सब्जी सुब्जी लैके बंदा है ना बाजारों तो बना लेंदा है इतने थोड़ा फ्रोजन स्टफ हों ज़्यादा है ना ता करके मे बी बट जो भी मैं लगे मैं थोड़ा ऑनेस्टली जो भी रिव्यू वो दिता है तो बाकी उदा माड़ा नहीं आ अमेरिका अगर थोड़ा कुलचे भी मिलते हैं तो बहुत वड्डी गल आ सो गाइज हुण आपां अगर इनू प्राइस डिफरेंस करिए तो इंडिया च तुहानू 60-70 रुपए की छोले कुलचे की प्लेट मिल जाती है ना तो इतने मिले अबाउट $13 के उत्तर सके $12.99 तो टैक्स पा के $14 के मिले तो उही हो गया अबाउट 1200 रुपए सो 1200 रुपए के इतने अमेरिका च 1200 रुपए की एक प्लेट मिली छोले कुलचे की तो इंडिया च मिलती अबाउट 60-70 रुपए की सो इन्ना प्राइस डिफरेंस आ बट टेस्ट का भी बहुत ज़्यादा डिफरेंस आ बट इतने महंगा आ इंडिया सस्ता भी आ तो इंडिया घेंट भी आ सो आप सिमर नूं पुछदे सिमर नूं किदां लगे सिमर तुहानूं किदां लगे स्वाद नहीं एक बार तो इंडिया खाधा ही ना हाँ जी पूरनपुर गए जो आपां वो भी स्वाद लग गई है पर इच्चे थोड़ा फर्क आ क्योंकि लून ज्यादा पांदा वा क्योंकि लून ज्यादा पांदा वा मतलब इंडिया वाले वधिया ही क्या वधिया इंडिया वाले क्योंकि इंडिया च ज्यादा नहीं लून पांदे और नून ते बेबे नून दी नहीं गल हाँ जी गाइस सो इंडिया इतने जो भी चीज होती है ना उस स्वाद नहीं होती हाँ इतने जो भी चीज होती की क्या लगी स्वाद नहीं होती जो भी चीज होती है इंडिया कुछ सारा कुछ स्वाद इतने नहीं कोई कोई स्वाद कोई कोई चीज स्वाद कोई कोई नहीं सो गाइस ये सीगा आज दी वीडियो होपफुली थानू वधिया लगी हो जो वधिया लगा चैनल नू सब्सक्राइब जरूर कर लियो ते वीडियो नू लाइक कर दियो ते कमेंट्स करके दस्सियो थानू वीडियो किवें दी लगी मिलदे आ किसे अगली वीडियो च चलदा टेक केयर बाय बाय